ਪਹਿਲੇ ਕਦੇ ਬਗੈਰ ਗੋਸ਼ਤ ਵੀ ਖਾਦੇ ਨੇ ਕਿ ਗੁਨਾਹ ਹੁੰਦਾ ਨਾ ਨਾ ਕਰੇਲੇ ਬਹੁਤ ਅਸੀਂ ਤਬਲਾ ਤਿਆਰ ਕਰ ਰਹੇ ਹਾਂ ਇਹਦੀ ਇਹ ਸ਼ੁਰੂਆਤ ਹੈ ਤਬਲੇ ਦੀ ਨਵੀਂ ਡਿਸ਼ ਧਨੀਆ ਗੋਸ਼ਤ ਵੀ ਆ ਗਈ ਆ ਜੀ ਧਨੀਆ ਗੋਸ਼ਤ ਵੀ ਧਨੀਆ ਗੋਸ਼ਤ ਵੀ ਹੈ ਜਦੋਂ ਦੀ ਇਹ ਕਾਇਨਾਤ ਬਣੀ ਤੇ ਦੁਨੀਆਂ ਤੇ ਇਨਸਾਨ ਦੀ ਆਮਦ ਹੋਈ ਉਸੇ ਦਿਨ ਤੋਂ ਲੈ ਕੇ ਮਿਊਜ਼ਿਕ ਉਹ ਚਿੜੀਆਂ ਦੇ ਪਰਿੰਦਿਆਂ ਦੀਆਂ ਆਵਾਜ਼ਾਂ ਦੀ ਸ਼ਕਲ ਵਿੱਚ ਹੋਵੇ ਜਾਂ ਮਿਊਜ਼ਿਕ ਇੰਸਟਰੂਮੈਂਟ ਦੀ ਸ਼ਕਲ ਦੇ ਵਿੱਚ ਹੋਵੇ ਉਹ ਦੁਨੀਆਂ ਦੇ ਉੱਤੇ ਆ ਗਿਆ ਤੇ ਇਹ ਸਫ਼ਰ ਚੱਲਦਾ 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 ਜਦੋਂ ਇਹ ਇੰਡੀਆ ਵਿੱਚ ਪਹੁੰਚਿਆ ਤੇ ਇੱਥੇ ਹਜ਼ਰਤ ਅਮੀਰ ਖੁਸਰੋ ਅਲੈ ਰਹਿਮਤ ਲਿਆਏ ਤੇ ਮੁਖਤਲਿਫ ਇੰਸਟਰੂਮੈਂਟ ਜਿਹੜੇ ਹੈਗੇ ਨੇ ਇੰਡੀਅਨ ਮੌਸੀਕੀ ਦੇ ਵਿੱਚ ਉਹਨਾਂ ਦਾ ਤਾਰਫ ਹੋਇਆ ਜਿਨ੍ਹਾਂ ਦੇ ਵਿੱਚ ਇੱਕ ਵੱਡਾ ਮਿਊਜ਼ਿਕ ਜਿਹੜਾ ਸੀ ਉਹ ਹਾਰਮੋਨੀਅਮ ਸੀ ਤੇ ਹਾਰਮੋਨੀਅਮ ਦੇ ਨਾਲ ਬਾਕੀ ਜਿਹੜੇ ਉਹਦੀ ਸੰਗਤ ਕਰਨ ਵਾਲੇ ਜਿਹੜੇ ਇੰਸਟਰੂਮੈਂਟ ਸਨ ਜਿਸ ਤਰ੍ਹਾਂ ਕਿ ਤਬਲਾ ਸੀ ਜਾਂ ਹੋਰ ਬੇਸ਼ੁਮਾਰ ਜਿਹੜੇ ਨੇ ਉਹ ਇੰਸਟਰੂਮੈਂਟ ਸਨ ਮਿਊਜ਼ੀਕਲ ਤੇ ਅੱਜ ਉਸੇ ਸਿਲਸਿਲੇ ਦੇ ਵਿੱਚ ਅਸੀਂ ਇੱਕ ਜਗ੍ਹਾ ਤੇ ਹਾਜ਼ਰ ਹੋਏ ਹਾਂ ਇੱਥੇ ਇਹ ਇਲਾਕਾ ਹੈਗਾ ਵਜ਼ੀਰਾਬਾਦ ਥੋੜਾ ਪਹਿਲੇ ਧੌਂਕਲ 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 ਮੋੜ ਦੇ ਉੱਤੇ ਅਸੀਂ ਆ ਗਏ ਤੇ ਸਾਡੇ ਨਾਲ ਨੇ ਜਨਾਬ ਉਸਤਾਦ ਅਜਾਜ਼ ਖਾਨ ਸਾਹਿਬ ਅਸੀਂ ਇਹ ਅਜਾਜ਼ ਖਾਨ ਸਾਹਿਬ ਜਿਹੜੇ ਨੇ ਉਹ ਤਬਲੇ ਦਾ ਜਿਹੜਾ ਮਤਲਬ ਉਹਦੇ ਨਾਲ ਵਾਬਸਤਾ ਨੇ ਸਾਲਾਂ ਸਾਲ ਤੋਂ ਬਲਕਿ ਸਦੀਆਂ ਤੋਂ ਕਹਿ ਲਵੋ ਤੇ ਉਹ ਇਸ ਕੰਮ ਦੇ ਮਾਹਰ ਕਾਰੀਗਰ ਨੇ ਅਸੀਂ ਉਹਨਾਂ ਦੇ ਨਾਲ ਗੱਲਾਂ ਕਰਾਂਗੇ ਤੇ ਉਹਨਾਂ ਕੋਲ ਪੁੱਛਾਂਗੇ ਉਹਨਾਂ ਦੇ ਕਾਰੋਬਾਰ ਦੇ ਬਾਰੇ ਦੇ ਵਿੱਚ ਉਹਨਾਂ ਦੇ ਕੰਮ ਦੇ ਬਾਰੇ ਦੇ ਵਿੱਚ ਜਿਹੜੇ ਮਤਲਬ ਇੰਸਟਰੂਮੈਂਟਸ ਨੇ ਇਹਨਾਂ ਇੰਸਟਰੂਮੈਂਟਸ ਦੇ ਬਾਰੇ ਦੇ ਵਿੱਚ ਪੁੱਛਾਂਗੇ ਕਿੰਨੀਆਂ ਸਟੋਰੀਆਂ ਨੂੰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਇਹਨਾਂ ਦੇ ਨਾਂ ਕੀ ਨੇ ਜੀ ਅਜਾਜ਼ ਸਾਹਿਬ ਹਾਂਜੀ ਸਭ ਨਾਲੋਂ ਪਹਿਲੇ ਤੇ ਤੁਸੀਂ ਸਾਨੂੰ ਇਹ ਦੱਸੋ ਜਿਸ ਤਰ੍ਹਾਂ ਮਤਲਬ ਮੁਖਤਲਿਫ ਮੌਸੀਕੀ ਦੇ ਘਰਾਣੇ ਹੁੰਦੇ ਨੇ ਜਿਸ ਤਰ੍ਹਾਂ ਮਤਲਬ ਗਵਾਲੀਅਰ ਘਰਾਣਾ ਹੈ ਪਟਿਆਲਾ ਘਰਾਣਾ ਹੈ ਸ਼ਾਮ 84 ਘਰਾਣਾ ਹੈ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਘਰਾਣੇ ਨੇ ਤੇ ਮਿਊਜ਼ਿਕ ਦੇ ਨਾਲ ਵਾਬਸਤਾ ਲੋਕ ਨੇ ਕਿਸੇ ਨਾ ਕਿਸੇ ਘਰਾਣੇ ਦੇ ਨਾਲ ਉਹਨਾਂ ਦਾ ਤਲਕ ਹੁੰਦਾ ਤੇ ਤੁਹਾਡਾ ਦੱਸੋ ਕਿਹੜੇ ਖਾਸ ਘਰਾਣੇ ਦੇ ਨਾਲ ਤਲਕ ਸਾਡੇ ਬਜ਼ੁਰਗਾਂ ਦਾ ਨਾਂ ਸੀ ਜਿਹੜੇ ਸਾਡੇ 7 ਪੀੜੀ ਤੋਂ ਆ ਪਿੱਛੇ ਨੇ ਜਾਨੀ ਕਿ ਉਹਨਾਂ ਦਾ ਨਾਂ ਸੀ ਖੈਰਦੀਨ ਖੈਰਦੀਨ ਔਰ ਉਹਨਾਂ ਦੇ ਬੇਟੇ ਸਨ ਨੱਥੂ ਅੱਛਾ ਨੱਥੂ ਵਲਦ ਖੈਰਦੀਨ ਔਰ ਉਹਨਾਂ ਦੇ ਬੇਟੇ ਦਾ ਨਾਂ ਸੀ ਕਰਮਲਾਈ ਠੀਕ ਹੈ ਕਰਮਲਾਈ ਤੋਂ ਅੱਗੇ ਆ ਕੇ ਕੰਮ ਯਾਦ ਹੋਇਆ ਸਾਡੇ ਇੱਕ ਨੇ ਬਾਬਾ ਜੀ ਸ਼ਾਹ ਸਵਾਰ ਅੱਛਾ ਜੀ ਬਾਬਾ ਜੀ ਸ਼ਾਹ ਸਵਾਰ ਕੋਲੋਂ ਗਏ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਕੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਇਆ ਜਾਂਦਾ ਤੇ ਕੋਈ ਐਸਾ ਕੰਮ ਹੋਵੇ ਜਿਹੜਾ ਅਸੀਂ ਘਰ ਆਪਣੇ ਬੱਚਿਆਂ ਚ ਬਹਿ ਕੇ ਕਰੀਏ ਤੇ ਸਾਨੂੰ ਅੱਲਾ ਰਿਜ਼ਕ ਦੇ ਦੇ ਉਹਨਾਂ ਨੇ ਫਿਰ ਦੱਸਿਆ ਕਿ ਜਾਓ ਤੁਸੀਂ ਖੁਆ ਵੀ ਬੜੇ ਅੱਛੇ ਸਨ ਅੱਲਾ ਦੇ ਵਲੀ ਸਨ ਕੁਦਰਤੀ ਉਹਨਾਂ ਦੀ ਰਾਖ ਸਾਫ਼ ਸੀ ਉਹਨਾਂ ਕਿਹਾ ਜਾਓ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਸਮਝਾਇਆ ਕਿ ਖਲ ਨੂੰ ਲਵੋ ਤੇ ਉਹਨੂੰ ਸਾਫ਼ ਕਰੋ ਅੱਛਾ ਤੇ ਬਸ ਅੱਗੇ ਉਹਨੂੰ ਖੁਰਾਕ ਲਾਓ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਉਸ ਤਰ੍ਹਾਂ ਹੀ ਕੀਤਾ ਆ ਕੇ ਤੇ ਬਿਲਕੁਲ ਇੱਕ ਜਗ੍ਹਾ ਸਾਡੀ ਇੱਕ ਮੁਕਸਰ ਜਗ੍ਹਾ ਸੀ ਜਿੱਥੇ ਬੈਠ ਕੇ ਸਾਡੇ ਬਜ਼ੁਰਗ ਕੰਮ ਨੂੰ
ਕੋਈ ਤਕਰੀਬਨ ਕੁਝ ਸਾਲ ਕਈ ਸਾਲ ਉਹਨੇ ਉੱਥੇ ਉਸ ਬਜ਼ੁਰਗਾਂ ਨੇ ਇਸ ਕੰਮ ਨੂੰ ਸ਼ੁਰੂ ਕੀਤਾ, ਕਰ ਲੈਣਾ ਤੇ ਛੱਡ ਦੇਣਾ, ਕਰ ਲੈਣਾ ਤੇ ਛੱਡ ਦੇ। ਫਿਰ ਇੱਕ ਦਿਨ ਫਿਰ ਉਹਨਾਂ ਦੇ ਕੋਲ ਇੰਨਾ ਅੱਛਾ ਹੋ ਗਿਆ ਕਿ ਉਹਨਾਂ ਜਾ ਕੇ ਤੇ ਆਪਣੇ ਪੀਰਾਂ ਨੂੰ ਪਹਿਲਾਂ ਵਿਖਾਇਆ ਕਿ ਸਰਕਾਰ ਹੈ ਵੇਖੋ ਇਹ ਮੈਂ ਕੀਤਾ ਕੰਮ, ਉਹਨਾਂ ਨੇ ਦੁਆ ਦਿੱਤੀ, ਉਹ ਕੰਮ ਯਾਦ ਹੋ ਗਿਆ। ਅੱਛਾ, ਇਹਦਾ ਤੁਹਾਡਾ ਮਤਲਬ ਕਹਿੰਦਾ ਕਿ ਇਹ ਜਿਹੜਾ ਤਬਲਾ ਤੇ ਪੁੜਾ ਤੇ ਜਿਹੜੇ ਨਾ ਤੁਹਾਡੇ ਖਾਨਦਾਨ ਦੀ ਯਾਦ ਨੇ? ਸਾਡੇ ਖਾਨਦਾਨ ਦੀ ਯਾਦ ਨੇ, ਅਸੀਂ ਕਿਸੇ ਦੇ ਸ਼ਹੀਦ ਨਹੀਂ। ਅੱਛਾ, ਲੇਕਿਨ ਜਿੱਥੇ ਵੀ ਬੈਠਾ ਹੋਵੇਗਾ ਉਹ ਸਾਡਾ ਸ਼ਹੀਦ ਹੋਵੇਗਾ, ਤੁਹਾਡਾ ਸ਼ਹੀਦ, ਸਾਡਾ ਸ਼ਹੀਦ ਹੋਵੇਗਾ, ਜਾਂ ਕਿ ਉਹਨੇ ਸਾਡੇ ਕੰਮ ਦੀ ਕਾਪੀ ਕੀਤੀ ਹੋਵੇਗੀ, ਜਿਸ ਤਰ੍ਹਾਂ ਕਿ ਅੱਜ ਕੱਲ ਲੋਕ ਦੇਖ ਲੈਂਦੇ ਨੇ ਕਾਪੀ ਕਰ ਲੈਂਦੇ ਨੇ। ਜਾਤ ਸਾਹਿਬ ਦੱਸ ਰਹੇ ਸਨ ਜਿਸ ਤਰ੍ਹਾਂ ਸੁਣਿਆ ਕਿ ਇਹ ਜਿਹੜਾ ਬੁਨਿਆਦੀ ਹਿੱਸਾ ਤਬਲੇ ਜਿਹੜੇ ਨੇ, ਤਬਲੇ ਜਿਹੜੇ ਨੇ, ਧਾਮਾ ਤੇ ਪੂੜਾ ਪੂੜਾ, ਇਹ ਜਿਹੜੇ ਨੇ ਜਿਹਨਾਂ ਨਾਲ ਜਿਹੜੀ ਤਸਵੀਰ ਨਾਲ ਅਸੀਂ ਤੁਹਾਨੂੰ ਬੁਲਾ ਰਹੇ ਹਾਂ, ਇਹਨਾਂ ਦੇ ਅਬਾਓ ਅਜਦਾਦ, ਇਹਨਾਂ ਦੇ ਜਿਹੜੇ ਨੇ ਬੜਕੇ ਜਿਹੜੇ ਨੇ ਉਹ ਇਸ ਕੰਮ ਦੇ ਮੁਜਦ ਨੇ, ਮੁਜਦ ਨੇ ਉਹਨਾਂ, ਇਹ ਜਿਹੜਾ ਧਾਮਾ ਤੇ ਪੂੜਾ ਜਿਹੜਾ ਇਹਨਾਂ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਇਹਨਾਂ ਨੇ ਬਣਾਇਆ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਤੁਹਾਡੇ ਖਾਨਦਾਨ ਦੇ ਵਿੱਚ ਜਿਹੜੇ ਵੱਡੇ ਵੱਡੇ ਲੋਕ ਨੇ, ਜਿਹੜੇ ਮਸ਼ਹੂਰ ਲੋਕ ਹੋਏ ਜਿਹੜੇ ਗੋਗਾ ਸਾਹਿਬ ਨੇ, ਹਾਂਜੀ ਜੀ, ਉਹ ਦੱਸੋ ਕਿਹੜੇ ਕਿਹੜੇ ਲੋਕ ਹੋਏ ਸਾਡੇ ਚ ਮਸ਼ਹੂਰ ਹੋਏ ਨੇ? ਦੋ, ਇੱਕ ਤੇ ਹੋਏ ਨੇ ਸਾਡੇ ਦਾਦਾ ਜੀ ਨੇ ਖੁਰਸ਼ੀਦ ਅਲੀ ਖਾਨ ਸਾਹਿਬ, ਉਹਨਾਂ ਨੇ ਗਾਇਆ ਗਜ਼ਲ ਨੂੰ, ਇੱਕਦਾਂ ਗਾਇਆ ਕਿ ਉਹਨਾਂ ਦੇ ਅੱਗਿਓਂ ਕਿ ਉਸਤਾਦ ਮਾਨਤ ਅਲੀ ਨੇ ਵੀ ਉਹਨਾਂ ਨੂੰ ਨਜ਼ਰ ਕੀਤੀ, ਮਾਸ਼ਾਅੱਲਾ ਉਹਨਾਂ ਨੇ ਇਸ ਤਰ੍ਹਾਂ ਦਾ ਗਾਇਆ। ਤੇ ਦੂਸਰੇ ਸਾਡੇ ਚ ਤਬਲਾ ਵਜਾਣ ਵਾਸਤੇ ਹੋਏ ਨੇ ਕਿ ਸਾਡੇ ਖਾਨਦਾਨ ਚ ਇੱਕ ਹੋਏ ਨੇ ਤਬਲਾ ਵਜਾਣ ਵਾਲੇ, ਔਰ ਸਾਰਾ ਖਾਨਦਾਨ ਹੀ ਉਹਨੂੰ ਸਿਖਾਉਂਦੇ ਸੀ ਕਿ ਇਹ ਬੱਚਾ ਸਾਡਾ ਠੀਕ ਹੋ ਜਾਵੇ, ਕਿਉਂਕਿ ਅਸਾਂ ਇੱਜ਼ਤ ਇਸ ਕੰਮ ਚ ਪਾਈ ਇਹ ਬਣਾਉਣ ਤੇ, ਲਿਆਦਾ ਜੇ ਇਹਦਾ ਇੱਧਰ ਸ਼ੌਕ ਆਇਆ ਤੇ ਇਹ ਸਾਡਾ ਬੱਚਾ ਜਿਹੜਾ ਕਾਮਯਾਬ ਹੋਵੇ। ਉਸ ਬੱਚੇ ਨੇ ਫਿਰ ਉਹਨਾਂ ਦਾ ਨਾਂ ਹੈ ਬਸ਼ੀਰ ਹੁਸੈਨ ਗੋਗਾ ਸਾਹਿਬ, ਉਹਨੇ ਸਾਡੇ ਚਾਚਾ ਜੀ ਪੰਜਾਬੀ ਮਿਊਜ਼ਿਕ ਦੇ ਨਾਲ ਮਤ ਰੱਖਦਾ, ਸਮਝਦਾ ਤਬਲਾ ਤੇ ਪੁੜੇ ਨੂੰ, ਉਹ ਲਾਜ਼ਮੀ ਬਸ਼ੀਰ ਹੁਸੈਨ ਗੋਗਾ। ਸਾਡੀ ਤੇ ਇਹ ਗੱਲ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਤੇ ਇਸ ਧਰਤੀ ਦੀ ਮਿੱਟੀ ਨੂੰ ਇਸਲਾਮ ਕਰਨੇ ਆ ਕਿ ਇਸ ਮਿੱਟੀ ਦੇ ਵਿੱਚੋਂ ਸਾਡੇ ਬਜ਼ੁਰਗਾਂ ਨੇ ਇੰਨਾ ਸੋਹਣੀ ਇੱਜ਼ਤ ਬਣਾਈ, ਇੰਨੀ ਸੋਹਣੀ ਇੱਜ਼ਤ ਬਣਾਈ ਕਿ ਅੱਜ ਸਾਡੇ ਬਜ਼ੁਰਗਾਂ ਦਾ ਪੂਰੀ ਦੁਨੀਆਂ ਤੇ ਨਾਂ ਹੈ, ਇਸ ਕੰਮ ਦੀ ਸਾਡੀ ਪਹਿਚਾਣ ਹੈ। ਤਰੌਂਕਲ ਦਾ ਤੁਸੀਂ ਕਿਸੇ ਨੂੰ ਆਖੋ ਨਾ, ਜੋ ਫੌਰੀ ਤੌਰ ਜੇ ਕੋਈ ਥੋੜਾ ਜਿੰਨਾ ਸਮਝਦਾਰ ਹੋਵੇਗਾ ਤੇ ਉਹ ਸਾਡੇ ਕੰਮ ਤੋਂ ਪਹਿਚਾਣ ਕਰਾਏਗਾ ਤਰੌਂਕਲ। ਤਰੌਂਕਲ ਕਈ ਯਾਰ ਤਰੌਂਕਲ ਚ ਕੋਈ ਯਾਰ ਉੱਥੇ ਜਿੱਥੇ ਤਬਲੇ ਬਣਦੇ ਨੇ, ਕੋਈ ਯਾਰ ਉਹ ਜਿਹੜੇ ਤਬਲੇ ਵਾਲੇ ਨੇ, ਯਾਰ ਉਹ ਜੇ ਕੋਈ ਬਜ਼ੁਰਗ ਹੋਵੇਗਾ ਤੇ ਉਹ ਕਵੇਗਾ ਯਾਰ ਉਹ ਮੀਆਂ ਜੀ ਮੁਹੰਮਦ ਸੈਨ ਜਿਹੜੇ ਉੱਥੇ ਤਬਲਾ ਬਣਾਉਂਦੇ ਨੇ ਡੋਂਕਲ, ਉਹਨਾਂ ਦਾ ਪਿੰਡ ਹੈ। ਇੱਧਰ ਵੀ ਕੋਈ ਖਾਨ ਸਾਹਿਬ ਗਾਣ ਵਾਲਾ ਹੋਵੇਗਾ ਜਾਂ ਕੋਈ ਸ਼ੌਕ ਰੱਖਦਾ ਹੋਵੇਗਾ ਨਾ, ਉਹ ਇਹ ਜ਼ਰੂਰ ਕਵੇਗਾ ਕਿ ਯਾਰ ਮੇਰੀ ਕੋਸ਼ਿਸ਼ ਇਹ ਵੀ ਯਾਰ ਮੈਂ ਟੌਂਕਲ ਵਾਲਿਆਂ ਕੋਲੋਂ ਪੁੜਾ ਲੈ ਕੇ ਆਵਾਂ, ਭਾਵੇਂ ਉਹ ਮੈਨੂੰ ਪਾਟਿਆ ਦੇ ਦੇ। ਬਿਲਕੁਲ ਬਿਲਕੁਲ, ਕਿ ਉੱਥੇ ਉਹਨਾਂ ਦੀ ਯਾਦ ਏ, ਮੈਂ ਉਹ ਪੁੜਾ ਜਿਹੜਾ ਨਾ ਉੱਥੋਂ ਲੈ ਕੇ ਆਵਾਂ। ਖਾਨਦਾਨੀ ਲੋਕ ਹੋ ਤੇ ਬਰੀਕ ਕੰਮ ਕਰਨ ਵਾਲੇ ਲੋਕ ਹੋ, ਅਸੀਂ ਇੱਥੇ ਹਾਜ਼ਰ ਵੀ ਇਸੇ ਵਾਸਤੇ ਹੋਏ ਹਾਂ ਤੁਹਾਡੇ ਕੋਲ ਤੇ ਅਸੀਂ ਤੁਹਾਨੂੰ ਇਸ ਕੰਮ ਦੀ ਵਜ੍ਹਾ ਤੋਂ, ਕਿਉਂਕਿ ਉਹ ਸਾਡੇ ਮੌਸਮ ਦੇ ਵਿੱਚ ਮਿਊਜ਼ਿਕ ਨੂੰ ਸ਼ਾਇਦ ਉਹਨਾਂ ਅੱਛਾ ਨਹੀਂ ਸਮਝਿਆ ਜਾਂਦਾ, ਨਹੀਂ ਸਮਝਦੇ, ਲੇਕਿਨ ਮਿਊਜ਼ਿਕ ਤੇ ਜ਼ਿੰਦਗੀ ਇਹ ਦੋਨੋਂ ਲਾਜ਼ਮੀ ਮਲਜ਼ੂਮ ਨੇ। ਇਹ ਜਿਹੜੀਆਂ ਪਰਿੰਦੇ ਤੇ ਇਸ਼ਤਿਹਾਰ ਨੇ, ਹਵਾਵਾਂ ਚੱਲ ਰਹੀਆਂ ਨੇ, ਸੂਰਜ ਜਿਹੜਾ ਹੈਗਾ ਉਹ ਮਸ਼ਰਕ ਤੋਂ ਨਿਕਲਦਾ ਵਾਲੇ ਪਾਸੇ ਡੁੱਬਦਾ ਡੁੱਬ ਜਾਂਦਾ, ਤੇ ਇਹ ਵੀ ਇੱਕ ਮਿਊਜ਼ਿਕ ਦੀ ਸ਼ਕਲ ਹੈ, ਇੱਕ ਤਰਤੀਬ ਹੈ, ਮਿਊਜ਼ਿਕ ਤਰਤੀਬ ਦਾ ਨਾਮ ਹੈ। ਬਿਲਕੁਲ, ਸੂਰਜ ਜਿਹੜਾ ਹੈਗਾ ਉਹ ਤਰਤੀਬ ਦਾ ਨਾਮ ਹੈ, ਸੂਰਜ ਇਸ਼ਵਰ ਹੈ ਔਰ ਦੇਵੀ ਹੈ। ਬਿਲਕੁਲ, ਸੂਰਜ ਨੂੰ ਜਿਹੜਾ ਬੰਦਾ ਪਹਿਚਾਣਦਾ ਨਾ,
ਇਹਦੀ ਰੂਹ ਨਾਲ ਕਨੈਕਸ਼ਨ ਹੈ, ਸੁਰਦਾ ਰੂਹ ਨਾਲ ਕਨੈਕਸ਼ਨ ਹੈ। ਤੇ ਸਰ ਅਸੀਂ ਹੁਣ ਜਾਤਾ ਤਰ੍ਹਾਂ ਹੋਰ ਚੀਜ਼ਾਂ ਵੀ ਪੁੱਛ ਲਈਏ ਜਿਹੜੀ ਤੁਸੀਂ ਸੇਵਾ ਬਣਾਉਂਦੇ ਹੋ। ਜੀ ਜੀ ਦੇਖੋ, ਹਾਂ ਇਹ ਡੁੱਗੀ ਹੈ, ਇਹਨੂੰ ਡੁੱਗੀ ਕਹਿੰਦੇ ਨੇ, ਇਹਨੂੰ ਡੁੱਗੀ ਕਹਿੰਦੇ ਨੇ, ਹੁਣ ਇਹਨੂੰ ਡੁੱਗੀ ਕਹਿੰਦੇ ਨੇ, ਲੇਕਿਨ ਬਜ਼ੁਰਗੀ ਟਾਈਮ ਤੇ ਜਦੋਂ ਬਣਾਇਆ ਗਿਆ ਹੈ ਨਾ, ਉਦੋਂ ਇਹ ਨੀ ਸੀ ਹੈਗਾ। ਅੱਛਾ, ਉਦੋਂ ਹੈਗਾ ਸੀ, ਉਹਨੂੰ ਕਹਿੰਦੇ ਸਨ ਧਾਮਾ। ਅੱਛਾ, ਲੱਕੜ ਦਾ, ਲੱਕੜ ਦਾ, ਹਾਂ ਕਾਲੀ ਲੱਕੜ ਦਾ ਧਾਮਾ ਉਹਦੇ ਉੱਤੇ। ਲੇਕਿਨ ਤਬਲੇ ਤੇ ਅਸੀਂ ਸਿਆਹੀ ਲਾਨੇ ਆ ਮਨੂਰ ਦੀ, ਉਹਦੇ ਉੱਤੇ ਆਟਾ ਲੱਗਦਾ ਸੀ। ਅੱਛਾ, ਇਹ ਦੱਸੋ ਤਰਾ, ਇਹ ਜਿਸ ਤਰ੍ਹਾਂ ਹੁਣ ਹਾਂ ਇਹ ਤਿੰਨ ਹਿੱਸੇ ਨੇ। ਜੀ ਜੀ, ਸੈਂਟਰ ਵਾਲੇ ਹਿੱਸੇ ਨੂੰ ਕੀ ਕਹਿੰਦੇ ਹੋ? ਸੈਂਟਰ ਵਾਲੇ ਹਿੱਸੇ ਇਹ ਵਰਗੇ ਨੇ ਤਿੰਨ। ਇਹਦੀ ਇਹ ਵੇਖੋ ਨਾ, ਇਹ ਵੀ ਬੱਕਰੀ ਹੈ। ਅੱਛਾ, ਇਹ ਵੀ ਬੱਕਰੀ ਹੈ। ਅੱਛਾ, ਇਹਦੇ ਬਾਅਦ ਜਿਹੜਾ ਨਾ ਇਹ ਗਾਂ ਦਾ ਚਮੜਾ। ਅੱਛਾ, ਜਿਹਨੂੰ ਅਸੀਂ ਉਹ ਪੰਜਾਬੀ ਚ ਵਹਿੜਾ ਆਉਂਦੇ ਹਾਂ, ਵਹਿੜਾ ਉਹਦਾ, ਇਹਦੇ ਅੰਦਰ ਮੱਝ ਦਾ। ਅੱਛਾ, ਇਹ ਤਿੰਨ। ਲੇਕਿਨ ਇਹਦੇ ਨਾਲ ਵੀ ਅਸੀਂ ਕਰਦੇ ਹਾਂ, ਕੂੜ ਦਾ ਵੀ ਲਗਾ ਲੈਨੇ ਆ ਬਸ ਟਾਈਮ ਸਾਨੂੰ ਇਹਦੇ ਚ ਲਚਕ ਜ਼ਿਆਦਾ ਹੁੰਦੀ ਹੈ। ਅੱਛਾ, ਤੇ ਸਾਨੂੰ ਤੇ ਉਹ ਚੀਜ਼ ਚਾਹੀਦੀ ਹੈ ਜਿਹਦੇ ਚ ਲਚਕ ਆਵੇ ਥੋੜੀ। ਠੀਕ ਹੈ। ਅੱਛਾ, ਜਿਹੜੇ ਤਰੇ ਵਰਕੇ ਨੇ, ਇਹਨਾਂ ਤਿੰਨਾਂ ਵਰਕਿਆਂ ਤੇ ਲਿਆ ਤਾਂ ਨਾਮ ਇਹਦਾ ਜ਼ਿਆਦਾ, ਇਹ ਤੇ ਕੰਡਮ, ਇਹ ਵੀ ਜਿਹੜਾ ਨਾ ਇਹ ਨਹੀਂ। ਅੱਛਾ, ਇਹ ਜਿਹੜਾ ਬੇਸਿਕਲ ਇਹ ਵਰਕਿਆ ਨਾ, ਇਹਨੇ ਧਾਮਾ ਬੋਲਦੇ, ਇਹਦਾ ਆਪਣਾ ਨਾਮ ਵੀ ਹੈ, ਇਹਦਾ ਆਪਣਾ ਨਾਮ ਹੈ ਧਾਮਾ। ਅੱਛਾ, ਜਿਹੜਾ ਹੋ ਗਿਆ ਇੱਕ ਦੂਜਾ ਪੀਸ ਹੈ, ਹਾਂ ਦੂਸਰਾ ਪੀਸ ਹੈ ਆ ਗਿਆ। ਅੱਛਾ, ਤੇ ਇਹਨੂੰ ਕੀ ਕਹਿੰਦੇ ਨੇ ਇਸ ਪੀਸ ਨੂੰ? ਜਿਹੜਾ ਇਹਨੂੰ ਵਜਾਣ ਵਾਲਾ ਨਾ, ਤੇ ਜਦੋਂ ਉਹਨੇ ਇਹਦੇ ਤੇ ਹੱਥ ਰੱਖਣਾ ਨਾ, ਤੇ ਉਹਨੇ ਇਹਨੂੰ ਐਂਜ ਕਰਕੇ ਨਾ ਤੇ ਬੜੀ ਰੰਗ ਲਾ ਦੇਣੇ ਨੇ। ਠੀਕ ਹੈ, ਉਹਦੇ ਇਹ ਦੋਵੇਂ ਹੱਥ ਚੱਲੇ ਨੇ, ਹੁਣ ਕਿਸੇ ਦੇ ਐਂਟੇ ਨੀ ਚੱਲ ਸਕਦੇ। ਤੁਸੀਂ ਤਾਂ ਹੀ ਤੁਹਾਨੂੰ ਕਵੀਏ ਤੇ ਤੁਸੀਂ ਤੇ ਨੀ ਵਜਾ ਸਕਦੇ ਨਾਲੀ ਦੀ ਨਾਲ ਕੀ ਕਹਿ ਰਹੇ। ਤੁਸੀਂ ਕਹਿਣਾ ਉਹ ਉਂਗਲਾ ਮਾਰਨ ਡਿਆ, ਉਹ ਮਰਾਸੀ ਲੱਗੇ ਆ, ਛੱਡੋ ਇਹਨੂੰ ਪਰਾ। ਵੈਸੇ ਤੁਸੀਂ ਮਰਾਸੀ ਦਾ ਨਾਂ ਜਿਹੜਾ ਨਾ ਐਡੀ ਤਸਦੀਕ ਨਾਲ ਨਾ ਲਵਾਉਣਾ, ਆਪਣੀ ਮਿਰਾਸ ਦਾ ਵਾਰਸ ਦਾ ਵਾਰਸ ਤੁਸੀਂ ਫੜੀ ਹੋਈ ਹੈ। ਇਹਨਾਂ ਦੀ ਕੀਮਤ ਕਿੰਨੀ ਹੈ ਦੋਵਾਂ ਦੀ? ਇਹਨਾਂ ਦੀ ਕੀਮਤ ਆ ਜਿਸ ਟਾਈਮ ਹੁਣ ਦੇ ਲੈਵਲ ਤੇ ਜਾਂ ਜਿਸ ਟਾਈਮ ਬਜ਼ੁਰਗਾਂ ਅੱਜ ਦੀ ਕੀਮਤ ਜਿਹੜੀ ਹੈ ਨਾ, ਇੱਕ ਲੱਖ ਰੁਪਏ ਤੋਂ ਲੈ ਕੇ ਤੇ ਥੱਲੇ 25,000 ਰੁਪਏ ਤੱਕ ਜੋੜੀ ਦੀ ਕੀਮਤ। ਚਾਰ ਲੋਕ ਪੰਡਾਰ ਜਿਹੜਾ ਨਾ ਇਸ ਫੋਰਮ ਦੇ ਉੱਤੇ ਅੱਲਾ ਤਾਲਾ ਦਾ ਭੇਜਿਆ ਹੋਇਆ ਤੋਹਫ਼ਾ, ਇਸ ਤਰ੍ਹਾਂ ਤੋਹਫ਼ਾ ਹੈਗਾ ਕਿ ਤੁਸੀਂ ਲੋਕ ਜਿਹੜੇ ਉਹ ਤੁਸੀਂ ਤੋਂ ਮੁਰਾਦ ਹੈ ਜਿਹੜੇ ਪੰਡਾਰ ਲੋਕ, ਹਾਂ ਉਹ ਲੋਕਾਂ ਦੀ ਡਿਪਰੈਸ਼ਨ ਨੂੰ ਖਤਮ ਕਰਦੇ ਨੇ, ਘਰਦੇ ਨੇ, ਉਹਨਾਂ ਦੀ ਟੈਨਸ਼ਨ ਨੂੰ ਖਤਮ ਕਰਦੇ ਨੇ ਤੇ ਬੇਲੌਸ ਕਰਦੇ ਨੇ, ਬੇਲੌਸ ਕਰਦੇ ਨੇ, ਕੋਈ ਲਾਲਚ ਨਹੀਂ। ਇੱਥੇ ਬੜਾ ਸ਼ਾਨਦਾਰ ਜਿਹਾ ਕੋਈ ਪੀਸ ਜਿਹੜਾ ਹੈਗਾ ਮਿਊਜ਼ਿਕ ਦਾ ਉਹ ਬਣ ਗਿਆ, ਹਾਂ ਉਹ ਜਿਹਨੇ ਬਣਾਇਆ ਉਹਨੇ ਤੇ ਬਣਾ ਛੱਡਿਆ, ਬਣਾ ਛੱਡਿਆ, ਫਿਰ ਉਹ ਪੀਸ ਜਿਹੜਾ ਸਾਰੀ ਜ਼ਿੰਦਗੀ ਵਾਸਤੇ ਇਨਸਾਨੀਅਤ ਦੇ ਕੰਮ ਆਏਗਾ, ਇਨਸਾਨੀਅਤ ਦੇ ਕੰਮ ਤੋਂ ਮਜ਼ਾ ਲੈ ਕੇ। ਜੀ ਬੜੀ ਮਿਹਰਬਾਨੀ ਤੁਹਾਡੀ। ਅੱਛਾ, ਇਹ ਮਿਹਰਬਾਨੀ ਫੇਰ ਕਰਨੇ ਆ ਉਸਤਾਦ ਜੀ, ਪਹਿਲੇ ਸਾਨੂੰ ਗੱਲਾਂ ਦੱਸੋ ਥੋੜੀਆਂ ਜਿਹੀਆਂ, ਤੁਸੀਂ ਸਰਕਾਰ ਬੰਦੇ ਕਦੀ ਕਦੀ ਫੜੇ ਜਾਂਦੇ ਨੇ, ਇਹ ਦੱਸੋ ਇਹ ਢੋਲਕ ਜਿਹੜੀ ਹੈ ਜੀ ਜੀ, ਇਹ ਵੀ ਤੁਸੀਂ ਤਿਆਰ ਕਰਦੇ ਹੋ? ਇਹ ਵੀ ਅਸੀਂ ਤਿਆਰ ਕਰਨੇ ਆ। ਅੱਛਾ, ਤੇ ਇਹਦੀ ਵੀ ਤਿਆਰੀ ਇਸ ਤਰ੍ਹਾਂ ਹੀ ਹੈ? ਇਹਦੀ ਤਿਆਰੀ ਆ ਜਿਸ ਤਰ੍ਹਾਂ ਕੀਤੀ, ਇਹਦੀ ਤਿਆਰੀ ਆ ਨਾ, ਇਹ ਲੱਗ ਗਿਆ ਇਹ ਜ਼ਿਆਦਾਤਰ ਜਤਰੀ ਹੈ ਲੋਹੇ। ਅੱਛਾ, ਇਹਦਾ ਲੋਹੇ ਦਾ ਕਨੈਕਸ਼ਨ ਹੈ, ਇਹਦਾ ਸਿੱਖਾਂ ਲਾਈਆਂ ਨੇ ਤੇ ਇਹਨੂੰ ਤਿਆਰ। ਪਹਿਲੇ ਇਹਦੀ ਸ਼ਕਲ ਤੇ ਜਿਹੜੀ ਸੀ ਨਾ, ਉਹ ਅਸੀਂ ਲੈਦਰ ਚ ਤਿਆਰ ਕਰਦੇ ਸਾਂ। ਅੱਛਾ, ਯਾਨੀ ਕਿ ਜਿਹੜੀ ਬਜ਼ੁਰਗਾਂ ਨੇ ਤਿਆਰ ਕੀਤੀ ਉਹਨੂੰ ਬੋਲਦੇ ਸਨ ਪਹਾਵਜ। ਅੱਛਾ, ਉਸਦਾ ਨਾਂ ਸੀ ਪਹਾਵਜ, ਲੇਕਿਨ ਇਹਦਾ ਨਾਂ ਹੁਣ ਲਾਲ ਹੈ। ਪਹਾਵਜ ਤੋਂ ਬਾਅਦ ਆਈ ਸੀ ਮਦਰੰਗ। ਅੱਛਾ, ਯਾਨੀ ਕਿ ਉਹ ਪੇਟ ਵਾਲੀ ਆਉਂਦੀ ਸੀ, ਉਹ ਜਦੋਂ ਮੰਦਰਾਂ ਦੇ ਵਿੱਚ ਤੇ ਇਹਦੇ ਚਿੱਕੀ ਦਾ ਨਾਂ ਹੈ ਚਰਚਾਂ ਚ
ਗੁਰਦੁਆਰਿਆਂ ਦੇ ਵਿੱਚ ਉਹ ਇਸਤੇਮਾਲ ਕਰਦੇ ਸਨ ਲੋਕ। ਤੇ ਬੇਸਿਕਲ ਇੱਕ ਸਾਡੇ ਬਜ਼ੁਰਗਾਂ ਦੀ ਜਿਹੜੀ ਜਗ੍ਹਾ ਦੇ ਉੱਤੇ ਬਹਿ ਕੇ ਉਹਨਾਂ ਨੇ ਇਸ ਕੰਮ ਨੂੰ ਬਣਾਇਆ, ਤਿਆਰ ਕੀਤਾ। ਅਸੀਂ ਤੁਹਾਨੂੰ ਉਹ ਵੀ ਵਿਖਾ, ਚਲੋ ਉਹ ਵੀ ਦੇਖਦੇ ਹਾਂ। ਅੱਛਾ ਦੱਸੋ ਜੱਜ ਸਾਹਿਬ, ਜਿਸ ਤਰ੍ਹਾਂ ਮੈਂ ਮਹਿਸੂਸ ਕਰ ਰਿਹਾ ਕਿ ਜਿਹੜਾ ਕੰਮ ਹੈ ਉਹਨਾਂ, ਕਿਉਂਕਿ ਜਿਹੜਾ ਕਲਾਸੀਕਲ ਮਿਊਜ਼ਿਕ ਦਵਾਲ ਤਸਵੀਰ ਹੈ, ਲੋਕਾਂ ਉਦਾਹਰ ਅਗਰ ਕੋਈ ਚੀਜ਼ ਮਿਊਜ਼ਿਕ ਇੱਕ ਦਵਾਲ ਤਸਵੀਰ ਹੈ ਤੇ ਉਹਦੇ ਨਾਲ ਬੱਚੇ ਨਾਲ ਉਹਦੇ ਵਿੱਚ ਸਾਜ਼ ਦੇਣੇ ਨੇ, ਉਹ ਵੀ ਉਸ ਤਰ੍ਹਾਂ ਉਹਨਾਂ ਦੀ ਵੈਲਿਊ ਨਹੀਂ ਰਹੀ। ਇਹਦੇ ਵਿੱਚ ਤੁਹਾਡੀ ਆਮਦਨ ਮੈਨੂੰ ਇੰਝ ਲੱਗਦਾ ਕਿ ਬਹੁਤ ਅੱਛੀ ਆਮਦਨ ਨਹੀਂ ਹੈ। ਨਹੀਂ 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 ਨਹੀਂ, ਸਿਰਫ ਇੱਕ ਬਜ਼ੁਰਗਾਂ ਦਾ ਨਾਂ ਹੈ ਜਿਹਨੂੰ ਅਸੀਂ ਮੜ ਕੇ ਬੈਠੇ ਹਾਂ, ਨਸਲਦਾਰ ਕਰਦੇ ਆ ਰਹੇ। ਹਾਂ, ਅੱਗੋ ਜਿਹੜੀ ਤੁਹਾਡੀ ਅਗਲੀ ਨਸਲ ਹੈ, ਹਾਂ, ਤੁਸੀਂ ਉਹਨੂੰ ਵੀ ਇਸੇ ਕੰਮ ਵਿੱਚ ਪਾਇਆ ਹੈ ਕਿ ਉਹਨੂੰ ਕਿਹਾ ਕਿ ਨਾ ਸਾਡੀ ਇੱਕ ਅੱਧਾ ਜਿਹੜਾ ਨਾ ਸਾਡਾ ਉਹ ਜ਼ਰੂਰ ਇੱਧਰ ਆਉਂਦਾ। ਹੁਣ ਮੇਰੇ ਤਾਏ ਦੇ ਬੇਟੇ ਪੁੱਤਰ ਨੇ, ਹਾਂਜੀ, ਉਹ ਪਿਸ਼ਾਵਰ ਬੈਠੇ ਨੇ, ਉਹਨਾਂ ਦਾ ਪਿਸ਼ਾਵਰ ਤੋਂ ਉਹ ਕੰਮ ਕਰਦੇ, ਲੇਕਿਨ ਉਹ ਦੱਸਣਾ ਤਾਂ ਉਹਨਾਂ ਧਰੋਂਕਲ ਦਾ ਹੀ ਕਿ ਅਸੀਂ ਧਰੋਂਕਲ ਦੇ ਹਾਂ, ਅਸੀਂ ਧਰੋਂਕਲ ਇਹ ਕੰਮ ਕਰਨੇ ਆ, ਸਾਡੇ ਦਾਦਾ ਜੀ ਇਹ ਨੇ, ਬਾਪ ਇਹ ਨੇ, ਤੇ ਕੰਮ ਤੇ ਉਹ ਪਿਸ਼ਾਵਰ ਕਰਦੇ ਨੇ। ਔਰ ਇੱਕ ਨੇ ਇੱਕ ਦੀ ਔਲਾਦ ਪਿਸ਼ਾਵਰ ਬੈਠੀ, ਇੱਕ ਦੀ ਔਲਾਦ ਲਾਹੌਰ ਬੈਠੀ ਹੈ। ਤੁਸੀਂ ਲਾਹੌਰ ਵੀ ਸੁਣਿਆ ਕੰਮ? ਹਾਂ, ਲਾਹੌਰ ਵੀ ਕੰਮ ਕੀਤਾ ਮੈਂ, ਟੰਕਸਾਲੀ ਅੰਦਰ ਕੀਤਾ ਜੀ, ਲੰਘਾ ਮਾਰਕੀਟ, ਹਲਕੀ ਫੁਲਕੀ ਗੱਲ ਕਰ ਰਹੀ ਨਾ, ਇਹ ਦੁੱਖ ਨੇ ਸਾਡੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ, ਉਹਨਾਂ ਦੇ ਬਜਾਏ ਖੁਸ਼ਹਾਲੀ ਦੇ ਇਹਨਾਂ ਗੌਰਮੈਂਟਾਂ ਨੂੰ ਚਾਹੀਦਾ ਸੀ ਕਿ ਇਹਨਾਂ ਲੋਕਾਂ ਨੂੰ ਸਪਾਂਸਰ ਕਰਦੇ ਆ, ਇਹਨਾਂ ਲੋਕਾਂ ਦੇ ਰੋਟੀ ਰੋਜ਼ੀ ਦਾ ਜਿਹੜਾ ਖਰਚਾ ਸੀ, ਜਿਵੇਂ ਪਹਿਲੇ ਰਿਆਸਤਾਂ ਸਨ ਤੇ ਰਿਆਸਤਾਂ ਜਿਹੜੇ ਨਵਾਬ ਸਨ ਉਹ ਇਹਨਾਂ ਨੂੰ ਆਪਣੇ ਕੋਲ ਰੱਖਦੇ ਸਨ, ਬੜੇ ਪਿਆਰ ਨਾਲ ਇਹਨਾਂ ਦੇ ਖੱਤੇ ਚੁੱਕਦੇ ਸਨ, ਗੁਲਦਸਤੇ ਸਮਝਦੇ ਸਨ ਉਹ, ਤੇ ਉਹ ਤੇ ਹੁਣ ਕੰਮ ਨਾ ਰਿਹਾ। ਨਾ 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 ਨਾ, ਉਹ ਸਾਨੂੰ ਪੁੱਛਦਾ ਵੀ ਨਹੀਂ ਕਿ ਤੁਸੀਂ ਕੌਣ ਹੋ। ਨਹੀਂ, ਇਹ ਤੁਹਾਡੇ ਕੋਲ ਅਸੀਂ ਜੋ ਪੁੱਛਣ ਵਾਸਤੇ ਆਏ ਹਾਂ, ਬਸ ਤੁਹਾਡੇ ਕੋਲ ਜਿਹੜੇ ਨਾ ਮਤਲਬ ਇਸੇ ਵਾਸਤੇ ਆਏ ਹਾਂ, ਜਿਹੜੇ ਨਾ ਤੁਹਾਨੂੰ ਪੁੱਛਣ ਵਾਸਤੇ, ਅੱਲਾਹ ਤਾਲਾ ਤੁਹਾਡਾ ਖੈਰ ਕਰੇ ਤੁਹਾਡੇ ਤੇ, ਤੁਹਾਡੇ ਕੰਮ ਨੂੰ ਮਜ਼ੀਦ ਵਧਾਏ। ਹੁਣ ਜਿਹੜਾ ਹਲਕੇ ਫੁਲਕੀ ਗੱਲ ਕਰਦੇ ਆ, ਇਹ ਦੇਖੋ ਜਿਹੜੇ ਮਤਲਬ ਘਰੇਲੇ ਗੋਸ਼ਤ ਜਿਹੜੇ ਹੈ ਉਹ ਤੇ ਸੁਣਿਆ ਅਸਾਂ, ਧਨੀਆ ਗੋਸ਼ਤ ਗਰਮੀਆਂ ਦੇ ਵਿੱਚ ਅਸੀਂ ਸਬਜ਼ ਮਿਰਚਾਂ ਤੇ ਗੋਸ਼ਤ ਖੁਸ਼ ਹੋ ਕੇ ਖਾਂਦੇ ਹਾਂ। ਅੱਛਾ, ਸਬਜ਼ ਮਿਰਚ ਤੇ ਗੋਸ਼ਤ ਜੀਰਾ, ਅੱਛਾ, ਹਾਂ, ਇਹਨੂੰ ਬਣਾਉਂਦੇ ਆ, ਇਹਦੇ ਨਾਲ ਅਸੀਂ ਫਿਰ ਲੱਸੀ ਬਣਾਉਂਦੇ ਆ, ਦਹੀਂ ਦੀ ਅੱਛੀ, ਤੇ ਉਹ ਬਸ ਖਾ ਕੇ ਤੇ ਉਹਦੇ ਨਾਲ ਨੀਂਦਰ ਆਉਂਦੀ ਹੈ, ਬੜਾ ਮਜ਼ੇਦਾਰ। ਉਹ ਸਾਰੀ ਦੁਨੀਆ ਨੂੰ ਆਪਣਾ ਕੰਮ ਕਰ ਲਓ, ਜਾਨ ਕਰ ਲਓ ਤੇ ਫਿਰ ਸੌਂ ਜਾਓ। ਇੱਥੇ ਅਸੀਂ ਪੂਰਾ ਬਣਾਉਂਦੇ ਹਾਂ ਫਿਰ, ਅੱਛਾ, ਸਾਡੇ ਬਜ਼ੁਰਗਾਂ ਦਾ ਕੰਮ ਸੀ ਜਦੋਂ ਪੂਰਾ ਬਣਾਉਂਦੇ ਹਾਂ ਫਿਰ ਕੰਮ ਤੇ ਕਰਨੇ ਆ, ਉੱਥੇ ਨਾਲ ਸਾਈਡ ਤੇ ਚੁੱਲ੍ਹਾ ਰੱਖਿਆ। ਅੱਛਾ, ਦੁਕਾਨ ਖੋਲਣੀ ਹੈ, ਕੰਮ ਕਰਨਾ, ਗਾਹਕ ਆ ਗਿਆ, ਉਹ ਪਹਿਲਾਂ ਜਾ ਕੇ ਤੇ ਉਹ ਗੋਸ਼ਤ ਲੈਣਾ, ਸਬਜ਼ੀ ਲੈਣੀ ਹੈ, ਉਹ ਲਿਆ ਕੇ ਆਪਣੀ ਦੁਕਾਨ ਚ ਉਤਾਰਨੀ, ਗਾਹਕ ਵੀ ਆ ਗਿਆ, ਉਹ ਵੀ ਖਾਂਦਾ ਪਿਆ। ਅਗਲੀ ਡੇਟ ਤੇ ਆ ਜਾਓ, ਕਰੇਲੇ ਨੇ, ਗਰਮੀਆਂ ਦੀ ਦੇਸ਼ ਕਰੇਲੇ ਕਦੇ ਬਗੈਰ ਗੋਸ਼ਤ ਤੋਂ ਵੀ ਖਾਦੇ ਸੀ, ਗੁਨਾਹ ਹੁੰਦਾ? ਨਾ ਨਾ, ਕਰੇਲੇ ਬਹੁਤ ਕਰੀ ਦਾ, ਗੋਸ਼ਤ ਤੋਂ ਬਗੈਰ ਤੋਂ ਉਹਨਾਂ ਦਾ ਮਜ਼ਾ ਹੀ ਨਹੀਂ। ਅੱਛਾ ਜੀ, ਹਾਂ, ਬਹੁਤ ਗੋਸ਼ਤ, ਅਸੀਂ ਭਾਵੇਂ ਤੁਹਾਨੂੰ ਕਹਿ ਦਈਏ ਸਾਨੂੰ ਲੈ ਕੇ ਦੇ ਕੇ ਜਾਣਾ, ਤੇ ਅਸੀਂ ਗੋਸ਼ਤ ਖਾਣਾ ਹੁੰਦਾ, ਸਾਡੀ ਇੱਕ ਕਮਜ਼ੋਰੀ। ਅੱਛਾ ਜੀ, ਉਧਰੀ ਪਾਲਕ ਵੀ ਜਿਹੜਾ ਬਣਾਇਆ? ਹਾਂ, ਉਧਰੀ ਅਸੀਂ ਇਸ ਤਰ੍ਹਾਂ ਬਣਾਉਂਦੇ ਹਾਂ, ਪਾਏ ਤੇ ਉਧਰੀ, ਅੱਛਾ, ਛੋਟੇ ਪਾਏ ਤੇ ਉਧਰੀ, ਅੱਛਾ, ਹਾਂ, ਔਰ ਜੇ ਸਿੰਗਲ ਉਜਰੀ ਪਕਾਈਏ ਤੇ ਫਿਰ ਅਸੀਂ ਉਹਨੂੰ ਧਨੀਏ ਚ ਪਕਾਉਂਦੇ ਆ, ਦੇਸੀ ਘਿਓ ਚ ਪਕਾਉਂਦੇ ਆ, ਹਾਂ, ਥੋੜੀ ਜਿੰਨੀ ਐਵੇਂ ਖਾਸਾ ਜੇਬ ਦੇ ਵਿੱਚ ਜਦੋਂ ਪੈਸਾ ਹੁੰਦਾ ਪਹਿਲਾਂ ਕੰਮ ਉਹ ਕੀ ਕਰਦੇ ਨੇ?
ਸਭ ਤੋਂ ਪਹਿਲਾ ਕੰਮ ਉਹਨਾਂ ਦਾ ਇਹ ਹੁੰਦਾ ਖੁਸ਼ੀ ਦੇ ਨਾਲ ਗੋਸ਼ਤ ਖਰੀਦਣਾ, ਖੁਸ਼ੀ ਦੇ ਨਾਲ ਗੋਸ਼ਤ ਖਰੀਦਣਾ। ਉਸ ਤੋਂ ਬਾਅਦ ਕੋਈ ਹੋਰ ਕੰਮ ਕਰਨਾ, ਕੋਈ ਬੱਚਾ ਰੋਂਦਾ ਰੋ ਰਵੇ ਕੋਈ ਕੁਝ ਵੀ ਇਹ ਕਾਰ ਉਹ ਹਾਂਡੀ ਅੱਛੀ ਪਖਾਂਡੀ ਠੀਕ ਹੈ ਬਸ ਗੁਜ਼ਾਰਾ ਹੁੰਦਾ। ਤੇ ਜੇ ਸਾਨੂੰ ਅੱਲਾ ਉਸ ਤੋਂ ਜ਼ਿਆਦਾ ਦੇਵੇ ਤੇ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਯਾਰ ਖਾਣਾ ਖਾਣ ਤੋਂ ਪਹਿਲਾਂ ਯਾਰ ਮੈਂ ਕੱਪੜੇ ਪਾਵਾਂ ਜ਼ਰਾ ਪਾ ਕੁਰਤਾ ਤੇ ਥੱਲੇ ਜਾਂ ਧੋਤੀ ਬੰਨਾ ਗਰਮੀ ਹੈ ਤੇ ਨਹੀਂ ਤੇ ਡੋਰੇ ਵਾਲੀ ਸਲਵਾਰ ਪਾ ਕੇ ਤੇ ਜ਼ਰਾ ਮੈਂ ਪਵਾਂ ਤੇ ਉਹ ਆਓ ਬੇਗਮ ਉਸ ਤਰੀਕੇ ਦੇ ਨਾਲ ਤਿਆਰ ਹੋ ਕੇ ਤੇ ਖਾਣਾ ਲੈ ਕੇ ਆਵੇ ਵਾਲੀਆਂ ਆਦਤਾਂ ਆ ਜਾਂਦੀਆਂ ਨੇ ਤੇ ਉਹ ਸਾਡੇ ਨੀ ਬੜਾ ਇਸ਼ਤਰਾਮ ਕਰਦੇ ਨੇ ਬੇਗਮ ਦਾ ਕੀ ਕਹਿਣ ਦਾ ਹਾਂ ਉਹਨਾਂ ਦੇ ਨਾਲ ਬੇਗਮ ਨੇ ਖਾਣਾ ਵੀ ਦੇਣ ਆਉਣਾ ਨਾ ਤੇ ਬੰਦੇ ਦਾ ਦਿਲ ਕਰੇ ਮੈਂ ਇਹਦੇ ਹੱਥ ਤੋਂ ਖਾਣਾ ਲੈ ਕੇ ਖਾਂ। ਬੇਗਮ ਜਿਹੜੀ ਹੈ ਠੀਕ ਹੈ ਗੁਜ਼ਾਰਾ ਹੁੰਦਾ ਲੇਕਿਨ ਮੇਰੇ ਤੋਂ ਛੋਟੇ ਨੇ। ਅੱਛਾ ਹਾਂ ਮੇਰੇ ਤੋਂ ਛੋਟੇ ਨੇ ਤੇ ਕੋਈ ਨੀ ਅੱਲਾ ਬੜਾ ਅੱਛਾ ਸਾਡਾ ਜਿਹੜੇ ਖਤਮ ਹੋ ਰਹੇ ਨੇ ਜਿਹੜੇ ਮਤਲਬ ਸਾਥਵੇਂ ਦੇ ਨਜ਼ਦੀਕ ਨੇ ਫਸਲ ਹੁਣ ਅਸੀਂ ਇਹਨਾਂ ਕੋਲ ਲੈ ਗਏ ਇੱਥੇ ਜਿਹੜੇ ਬਣਾ ਰਹੇ ਢੋਲਕ ਬਣਾ ਰਹੇ ਨੇ ਤਬਲੇ ਬਣਾ ਰਹੇ ਨੇ ਹੁਣ ਜਿਹੜੇ ਮੌਜੂਦ ਨੇ ਉਸ ਵਕਤ ਤੋਂ ਪਹਿਲਾਂ ਜਦੋਂ ਖਤਮ ਹੋ ਜਾਣ ਇਹਨਾਂ ਨੂੰ ਮਹਿਫੂਜ਼ ਕਰਨਾ ਚਾਹੀਦਾ ਤੁਹਾਡੇ ਰੂਬਰੂ ਕਰਵਾਇਆ ਜਾਵੇ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਆਪਣੇ ਕੰਮ ਦੇ ਗੁਣੀ ਨੇ ਆਪਣੇ ਆਪਣੇ ਕੰਮ ਦੇ ਫਨਕਾਰ ਲੋਕ ਨੇ ਤੇ ਅੱਜ ਅਸੀਂ ਆਏ ਤਾਂ ਜਨਾਬ ਜਾਸਾ ਸਾਹਿਬ ਕੋਲ ਤੇ ਅਸੀਂ ਉਹਨਾਂ ਦੇ ਨਾਲ ਗੱਲਾਂ ਕੁਛ ਕੀਤੀਆਂ ਤੁਹਾਨੂੰ ਤੁਹਾਡੇ ਰੂਬਰੂ ਕੀਤੀਆਂ ਉਹਨਾਂ ਦੀਆਂ ਗੱਲਾਂ ਉਮੀਦ ਹੈ ਤੁਹਾਨੂੰ ਉਹਨਾਂ ਦੀਆਂ ਸਾਰੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਇਸ ਤੋਂ ਬਾਅਦ ਅਸੀਂ ਫਿਰ ਇਨਸ਼ਾਅੱਲਾ ਤਾਲਾ ਉਮੀਦ ਹੈ ਤੁਹਾਨੂੰ ਮਿਲਾਂਗੇ ਕਿਸੇ ਹੋਰ ਜਗ੍ਹਾ ਤੇ ਉਸ ਵੇਲੇ ਤੱਕ ਮੈਨੂੰ ਦਿਓ ਇਜਾਜ਼ਤ ਫਿਰ ਇਨਸ਼ਾਅੱਲਾ ਤਾਲਾ ਤੁਹਾਡਾ ਮਿਲਾਂਗੇ ਕਿਸੇ ਨਵੀਂ ਜਗ੍ਹਾ ਤੇ ਕਿਸੇ ਨਵੇਂ ਬੰਦੇ ਨਾਲ ਨਵੇਂ ਸਰਕਾਰ ਨਾਲ ਤੇ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਂਗੇ। ਖੁਦਾ ਰੱਬ ਰੱਖਾ ਅੱਲਾ ਹਾਫਿਜ਼।